ਆਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਅਜਿਹੇ ਸਮੇਂ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਪਾਣੀ ਨੂੰ ਲੈ ਕੇ ਹੈ ਜੀ। ਪਾਣੀ ਬਚਾਓ, ਧਰਤੀ ਬਚਾਓ, ਹਰ ਥਾਂ ਤੇ ਇਹੀ ਸੁਨੇਹਾ ਦਿੱਤਾ ਜਾ ਰਿਹਾ ਹੈ। ਔਰ ਵੈਸੇ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਜਿਹੜੀ ਸਭ ਤੋਂ ਜ਼ਿਆਦਾ ਵਰਤੋਂ ਹੈ ਉਹ ਖੇਤੀ ਲਈ ਕੀਤੀ ਜਾਂਦੀ ਹੈ ਜੀ। ਸੋ ਉਹ ਜਿਹੜਾ ਹਿੱਸਾ ਹੈ ਉੱਤੇ ਵੀ ਨਜ਼ਰ ਪਾਣੀ ਬਹੁਤ ਜ਼ਰੂਰੀ ਹੈ ਜੀ। ਬਿਲਕੁਲ, ਨਜ਼ਰ ਵੀ ਪਾਣੀ ਜ਼ਰੂਰੀ ਹੈ, ਪਰ ਕੱਲੀ ਨਜ਼ਰ ਪਾਣ ਦੇ ਨਾਲ, ਇਕੱਲੀ ਨਜ਼ਰ ਪਾਣ ਦੇ ਨਾਲ ਕੰਮ ਨਹੀਂ ਚੱਲਦਾ। ਕੁਝ ਨਵੀਂ ਕਾਢ ਕੱਢੀ ਜਾਵੇ ਜੀ, ਤੇ ਅਜਿਹੀ ਕਾਢ ਦੋ ਭਰਾਵਾਂ ਨੇ ਕੱਢੀ, ਮਸ਼ੀਨ ਮੈਨ ਭਰਾਵਾਂ ਦੇ ਨਾਂ ਨਾਲ ਅਸੀਂ ਉਹਨਾਂ ਨੂੰ ਜਾਣਦੇ ਹਾਂ। ਇੱਕ ਇਕੱਲੀ ਮਸ਼ੀਨ ਨਹੀਂ ਬਣਾਈ, ਸੈਂਕੜੇ ਮਸ਼ੀਨਾਂ ਉਹ ਕਿਸਾਨੀ ਨੂੰ ਦੇ ਚੁੱਕੇ ਨੇ। ਕਹਾਣੀ ਦੇਖਦੇ ਹਾਂ ਜੀ। ਸਮਾਂ ਘੱਟ, ਫਾਇਦਾ ਵੱਧ, ਜ਼ੀਰੋ ਟਿਲ ਮਸ਼ੀਨ ਅੰਨਦਾਤਾ ਲਈ ਇਹੀ ਕਾਰਡ ਲੈ ਕੇ ਆਈ। ਕਣਕ ਝੋਨੇ ਤੇ ਖਰਚ ਹੋ ਰਹੇ ਵਾਧੂ ਪਾਣੀ ਨੂੰ ਬਚਾਉਣਾ, ਖਰਚਿਆਂ ਨੂੰ ਘਟਾਉਣਾ, ਜ਼ਮੀਨ ਦੀ ਤਾਕਤ ਨੂੰ ਸਾਂਭਣਾ, ਮਕਸਦ ਕਈ ਸਨ ਪਰ ਸੋਚ ਇੱਕੋ ਸੀ, ਵਿਚਾਰੀ ਹੁੰਦੀ ਕਿਸਾਨੀ ਨੂੰ ਮੁੜ ਲੀਹ ਤੇ ਲੈ ਕੇ ਆਉਣਾ। ਦੇਖਦੇ ਹੀ ਦੇਖਦੇ ਖੇਤੀਬਾੜੀ ਸੈਕਟਰ ਦੀ ਖੜੋਤ ਨੂੰ ਤੋੜਨ ਵਿੱਚ ਇਹ ਮਸ਼ੀਨ ਕਾਮਯਾਬ ਹੋਈ। 19 ਸਾਲ ਪਹਿਲਾਂ ਲੁਧਿਆਣਾ ਤੋਂ ਹੋਂਦ ਵਿੱਚ ਆਈ ਇਹ ਮਸ਼ੀਨ ਆਮ ਕਿਸਾਨਾਂ ਤੋਂ ਲੈ ਕੇ ਵੱਡੀਆਂ ਹਸਤੀਆਂ ਦੀ ਖਿੱਚ ਦਾ ਕੇਂਦਰ ਬਣ ਗਈ। ਅੱਜ ਦੀ ਤਰੀਕ ਵਿੱਚ 25,000 ਤੋਂ ਵਧੇਰੇ ਮਸ਼ੀਨਾਂ ਦੇਸ਼ ਦੁਨੀਆ ਦੇ ਖੇਤਾਂ ਵਿੱਚ ਹਰਿਆਲੀ ਦੇ ਬੀਜ ਬੀਜ ਰਹੀਆਂ ਨੇ। ਇਹ ਕਾਰਨਾਮਾ ਕੀਤਾ ਹੈ ਦੋ ਇੰਜੀਨੀਅਰ ਭਰਾਵਾਂ ਸੁਖਸੋਨ ਸਿੰਘ ਰਿਆਤ ਅਤੇ ਮਨਮੋਹਨ ਸਿੰਘ ਰਿਆਤ ਨੇ, ਜੋ ਨੈਸ਼ਨਲ ਐਗਰੋ ਇੰਡਸਟਰੀਜ਼ ਦੇ ਬੈਨਰ ਹੇਠ 4500 ਵੱਖ ਵੱਖ ਮਸ਼ੀਨਾਂ ਕਿਸਾਨੀ ਦੀ ਝੋਲੀ ਪਾ ਚੁੱਕੇ ਨੇ। ਇਸ ਉੱਦਮੀ ਸੋਚ ਨੂੰ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਮਾਣ ਸਨਮਾਨ ਮਿਲਿਆ। ਹਰੀ ਕ੍ਰਾਂਤੀ ਤੋਂ ਬਾਅਦ ਮਸ਼ੀਨੀਕਰਨ ਦੇ ਯੁੱਗ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਮਸ਼ੀਨ ਮੈਨ ਭਰਾਵਾਂ ਨੂੰ ਸਾਡਾ ਸਲਾਮ। ਜ਼ੀ ਪੰਜਾਬੀ ਉੱਦਮੀ ਸਨਮਾਨ। ਮਸ਼ੀਨ ਮੈਨ ਭਰਾਵਾਂ ਦੀ ਇਸ ਜੋੜੀ ਨੂੰ ਮੈਂ ਗੁਜ਼ਾਰਿਸ਼ ਕਰਾਂਗੀ ਕਿ ਪਲੀਜ਼ ਉਹ ਮੰਚ ਤੇ ਆਉਣ ਤੇ ਜ਼ੀ ਪੰਜਾਬੀ ਵੱਲੋਂ ਇਹ ਛੋਟੀ ਜਿਹੀ ਯਾਦਗਾਰ ਪੇਂਟ ਨੂੰ ਪਲੀਜ਼ ਕਬੂਲ ਕਰਨ। ਸਾਡੀ ਗੁਜ਼ਾਰਿਸ਼, ਮਨਮੋਹਨ ਜੀ ਅਤੇ ਸੁਖਸੋਹਨ ਜੀ, ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ। ਅਸੀਂ ਚਾਹਾਂਗੇ ਕੁਝ ਲਫ਼ਜ਼ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੇ ਕਰੋ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਮੈਂ ਜੀ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਜੋ ਜਿਹੜੇ ਬੰਦਿਆਂ ਨੇ ਹੱਟ ਕੇ ਕੰਮ ਕੀਤੇ ਹੈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ। ਅਤੇ ਅਸੀਂ ਜਿਹੜੀ ਇਹ ਮਸ਼ੀਨ ਹੈ ਇਹਨੂੰ ਜ਼ੀਰੋ ਟਿਲ ਸੀਡਲ ਕਹਿੰਦੇ ਹੈ, ਬਿਨਾਂ ਵਹਾਏ ਬਿਜਾਈ ਕਰਨੀ। ਇਹ 1993 'ਚ ਅਸੀਂ ਸ਼ੁਰੂ ਕੀਤਾ ਸੀ। ਉਦੋਂ ਲੋਕ ਸਾਨੂੰ ਕਹਿੰਦੇ ਸੀ ਵੀ ਇਹ ਕਮਲੇ ਹੈ, ਵੀ ਬਿਨਾਂ ਵਾਹੇ ਖੇਤੀ ਕਿੱਕਣ ਹੋ ਜੂਗੀ, ਬਿਨਾਂ ਵਾਹੇ ਤਾਂ ਕੁਛ ਹੋ ਹੀ ਨਹੀਂ ਸਕਦਾ। ਪਹਿਲਾਂ ਇਹ ਪੱਕੀ ਗੱਲ ਸੀ ਵੀ ਦੱਬ ਕੇ ਵਾਹ, ਰੱਜ ਕੇ ਖਾ। ਇਹ ਕੰਸੈਪਟ ਨੂੰ ਤੋੜਿਆ ਗਿਆ ਅਤੇ ਸਾਡੇ ਨਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਪੰਤਨਗਰ ਐਗਰੀਕਲਚਰ ਯੂਨੀਵਰਸਿਟੀ, ਇੰਟਰਨੈਸ਼ਨਲ ਯੂਨੀਵਰਸਿਟੀਆਂ ਸਾਰੀਆਂ ਲੱਗੀਆਂ। ਅਤੇ ਪਹਿਲਾਂ ਜਿਕਣ ਪਾਣੀ ਤੋਂ ਉਲਟ ਚੱਲਣਾ ਹੈ ਉਹ ਕੰਮ ਸੀਗਾ, ਅਤੇ ਫਿਰ ਹੁਣ ਇਸ ਲੈਵਲ 'ਤੇ ਪਹੁੰਚ ਗਿਆ। ਅਸੀਂ ਘੱਟੋ ਘੱਟ 40 ਦੇਸ਼ਾਂ ਨੂੰ ਇਹ ਮਸ਼ੀਨਾਂ ਐਕਸਪੋਰਟ ਕੀਤੀਆਂ। ਕਿਸੇ ਵੀ ਦੇਸ਼ ਦੇ ਵਿੱਚ ਜ਼ੀਰੋ ਟਿਲ ਬਿਨਾਂ ਵਹਾਏ ਖੇਤੀ ਸ਼ੁਰੂ ਕਰਨੀ ਹੁੰਦੀ ਹੈ। ਇਰਾਨ 'ਚ, ਇਰਾਕ 'ਚ, ਅਫਗਾਨਿਸਤਾਨ 'ਚ ਵੀ ਅਸੀਂ ਇਹ ਮਸ਼ੀਨਾਂ ਭੇਜੀਆਂ ਅਤੇ ਉੱਥੇ ਸ਼ੁਰੂਆਤ ਹੋਈ, ਅਤੇ ਹੁਣ ਸਾਰੇ ਏਸ਼ੀਆ 'ਚ ਇਹ ਮਸ਼ੀਨ ਬਣਦੀ ਹੈ। ਅਤੇ ਇਹ ਬਣਾਉਣ ਕਰਕੇ ਸਾਨੂੰ ਯੂਨਾਈਟਿਡ ਨੇਸ਼ਨਸ ਵੱਲੋਂ ਵੀ ਸਨਮਾਨਿਤ ਕੀਤਾ ਗਿਆ, ਪੰਜਾਬ ਗਵਰਨਮੈਂਟ ਵੱਲੋਂ ਵੀ ਸਨਮਾਨਿਤ ਕੀਤਾ ਗਿਆ।